ਅਸੀਂ ਅਕਸਰ ਇਹ ਛੋਟੇ ਕੱਦ ਵਾਲੇ ਲੋਕਾਂ ਨੂੰ ਵੇਖ ਕੇ ਸੋਚਦੇ ਹਾਂ ਕਿ ਕਿਵੇਂ ਸੈਲੀਬ੍ਰਿਟੀ ਇੰਨੀ ਵਧੀਆ ਬੋਡੀ ਬਣਾ ਲੈਂਦੇ ਨੇ। ਸ਼ਾਇਦ ਉਹਨਾਂ ਕੋਲੇ ਫਿਟਨੈਸ ਟ੍ਰੇਨਰ ਹੋਣਗੇ, ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ। ਤੁਸੀਂ ਵੀ ਆਪਣਾ ਭਾਰ ਘੱਟ ਕਰਨ ਦਾ ਟੀਚਾ ਹਾਸਲ ਕਰ ਸਕਦੇ ਹੋ, ਭਾਵੇਂ ਤੁਸੀਂ ਛੋਟੀ ਹਾਈਟ ਵਾਲੇ ਹੀ ਕਿਉਂ ਨਾ ਹੋ। ਇਸ ਦੇ ਲਈ ਤੁਹਾਨੂੰ ਸਿਰਫ ਕੁਝ ਸਮਾਂ ਸੰਜਮ ਨਾਲ ਸਿਹਤਮੰਦ ਖੁਰਾਕ ਤੇ ਨਿਯਮਿਤ ਕਸਰਤ ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਇਸ ਤੋਂ ਇਲਾਵਾ ਭਾਰ ਘਟਾਉਣ ਦੀ ਖੁਰਾਕ ਨੂੰ ਕੁਝ ਹੋਰ ਤੱਤਾਂ ਨਾਲ ਪੂਰਕ ਬਣਾਉਣਾ ਵੀ ਭਾਰ ਘਟਾਉਣ ਚ ਮਦਦ ਕਰ ਸਕਦਾ ਹੈ। ਭਾਰ ਘਟਾਉਣ ਲਈ ਕਰਨਾ ਕੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ, ਨਿੰਬੂ। ਇਸ ਦੇ ਲਈ ਤੁਹਾਨੂੰ ਨਿੰਬੂ ਦਾ ਅਦਰਕ ਲੈਣਾ ਹੋਵੇਗਾ। ਨਿੰਬੂ ਵਿਟਾਮਿਨ B6, ਤਾਂਬਾ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਤੁਹਾਡੇ ਭਾਰ ਘਟਾਉਣ ਦੀ ਖੁਰਾਕ 'ਚ ਨਿੰਬੂ ਨੂੰ ਸ਼ਾਮਲ ਕਰਨਾ ਤੁਹਾਡੇ ਪਾਚਨ ਨੂੰ ਵਧਾ ਸਕਦਾ ਹੈ ਅਤੇ ਤੁਹਾਨੂੰ ਢਿੱਡ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼ ਤੋਂ ਦੂਰ ਰੱਖ ਸਕਦਾ ਹੈ। ਇਸ ਤੋਂ ਇਲਾਵਾ ਨਿੰਬੂ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਹੁਣ ਗੱਲ ਅਦਰਕ ਦੀ ਕਰ ਲਈਏ ਤਾਂ ਅਦਰਕ ਸਿਹਤ ਨੂੰ ਫਿੱਟ ਰੱਖਣ ਵਾਲੀਆਂ ਵਿਸ਼ੇਸ਼ਤਾਵਾਂ ਲਈ ਜਾਣਿਆ ਜਾਂਦਾ ਹੈ। ਇਸ 'ਚ ਸੂਜਨ ਰੋਧੀ ਹਾਈਡ੍ਰੋਲਿਕ ਗੁਣ ਹੁੰਦੇ ਨੇ ਜੋ ਤੁਹਾਡੇ ਪਾਚਨ ਪ੍ਰਣਾਲੀ ਨੂੰ ਵਧਾਉਂਦੇ ਨੇ। ਇਸ ਤੋਂ ਇਲਾਵਾ ਅਦਰਕ ਦੇ ਵਿੱਚ ਹੋਰ ਵੀ ਕਈ ਮਹੱਤਵਪੂਰਨ ਗੁਣ ਪਾਏ ਜਾਂਦੇ ਨੇ ਜੋ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਧਾਉਂਦੇ ਨੇ, ਜੋ ਫੈਟ ਬਰਨ ਬਣਾਉਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਚਾਹ ਕਿਵੇਂ ਬਣਾਈ ਜਾਵੇ। ਬਹੁਤ ਸਾਰੀਆਂ ਕਿਸਮਾਂ ਦੀਆਂ ਹਰਬਲ ਟੀ ਹਨ ਜਿਸ ਨੂੰ ਤੁਸੀਂ ਭਾਰ ਕਾਬੂ ਕਰਨ ਦੇ ਲਈ ਵਰਤ ਸਕਦੇ ਹੋ ਅਤੇ ਇਹਨਾਂ ਵਿੱਚੋਂ ਇੱਕ ਨਿੰਬੂ ਤੇ ਅਦਰਕ ਦੀ ਚਾਹ। ਘਰ 'ਚ ਨਿੰਬੂ ਦੀ ਅਦਰਕ ਦੀ ਚਾਹ ਬਣਾਉਣ ਲਈ ਤੁਹਾਨੂੰ 2 ਚਮਚ ਨਿੰਬੂ ਦਾ ਰਸ, ਅੱਧਾ ਪਿਆਲਾ ਅਦਰਕ, 1 ਚਮਚ ਕੱਚਾ ਸ਼ਹਿਦ ਦੀ ਜ਼ਰੂਰਤ ਹੋਵੇਗੀ। ਹੁਣ ਇੱਕ ਕੌਲੀ ਲਓ, ਇਸ ਦੇ ਵਿੱਚ ਸਾਰੀ ਸਮੱਗਰੀ ਮਿਲਾ ਲਓ, ਰਾਤ ਨੂੰ ਆਪਣੇ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਅਗਲੀ ਸਵੇਰ ਤੁਹਾਨੂੰ ਸੰਘਣਾ ਮਿਸ਼ਨ ਮਿਲੇਗਾ। ਅਦਰਕ ਤੇ ਨਿੰਬੂ ਦਾ ਰਸ ਸ਼ਹਿਦ ਦੇ ਨਾਲ ਇਸ ਨੂੰ ਇੱਕ ਸੰਘਣੀ ਅਨੁਕੂਲਤਾ ਪ੍ਰਦਾਨ ਕਰੇਗਾ। 1 ਕੱਪ ਗਰਮ ਪਾਣੀ ਵਿੱਚ 1 ਚਮਚ ਮਿਸ਼ਨ ਮਿਲਾਓ, ਤੁਹਾਡਾ ਇਹ ਮਿਸ਼ਨ ਤਿਆਰ ਹੋ ਜਾਏਗਾ। ਭਾਰ ਘਟਾਉਣ ਲਈ ਤੁਹਾਡੀ ਨਿੰਬੂ ਅਦਰਕ ਵਾਲੀ ਚਾਹ ਤਿਆਰ ਹੋ ਜਾਵੇਗੀ। ਤੁਸੀਂ ਇਸ ਨੂੰ ਸਵੇਰੇ ਸਭ ਤੋਂ ਪਹਿਲਾਂ ਖਾਲੀ ਢਿੱਡ ਪੀ ਸਕਦੇ ਹੋ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਦਾ ਆਨੰਦ ਲੈ ਸਕਦੇ ਹੋ। ਇਸ ਨੂੰ ਸਿਹਤਮੰਦ ਖੁਰਾਕ ਤੇ ਕਸਰਤ ਨਾਲ ਮਿਲਾਉਣਾ ਨਿਸ਼ਚਿਤ ਕਰ ਲਓ ਤੇ ਫਿਰ ਤੁਸੀਂ ਵੀ ਨਿੰਬੂ ਤੇ ਅਦਰਕ ਦੀ ਚਾਹ ਦੇ ਨਾਲ ਭਾਰ ਘਟਾ ਸਕਦੇ ਹੋ।